Make some noise. She's going to Bollywood, Jana Hollywood. Trust me! Trust me, write it right now. She's going to Hollywood very soon. Alhamdulillah. Okay. ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ ਦੋਸਤੋ ਜੋ ਕੱਲ ਹਰਮੰਦਰ ਸਾਹਿਬ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਉਸ ਬਾਰੇ ਸਿੱਧੂ ਮੂਸੇਵਾਲਾ ਰਣਜੀਤ ਬਾਵਾ ਤਰਸੀਮ ਜਸੜ ਐਮੀ ਵਰਕ ਤੇ ਹੁਣ ਨਾ ਵੀ ਕਈ ਪੰਜਾਬੀ ਆਰਟਿਸਟਾਂ ਨੇ ਇਸ ਬਾਰੇ ਬੜੀ ਅਹਿਮ ਬਿਆਨ ਦਿੱਤੇ ਤੇ ਇਸ ਘਟਨਾ ਤੇ ਦੁੱਖ ਵੀ ਪ੍ਰਗਟਾਇਆ ਹੈ ਸਭ ਤੋਂ ਪਹਿਲਾਂ ਦੋਸਤੋ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸਿੱਧੂ ਮੂਸੇਵਾਲਾ ਦਾ ਜਿਸ ਨੇ ਕਿ ਮਾਂ ਸਾਦਾ ਸਿੱਧੂ ਆਪਣੇ ਪੋਲਿਟਿਕਲ ਅ ਪੋਸਟ ਤੇ ਸਟੋਰੀ ਸ਼ੇਅਰ ਕੀਤੀ ਹੈ ਤੇ ਜਿਸ ਨੂੰ ਕੀ ਬਾਅਦ ਵਿੱਚ ਐਮੀ ਵਰਕ ਨੇ ਵੀ ਦੋਸਤੋ ਸ਼ੇਅਰ ਕੀਤਾ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਬਹੁਤ ਮੰਦਭਾਗੀ ਘਟਨਾ ਬਾਰੇ ਸੁਣ ਕੇ ਮਨ ਨੂੰ ਬਹੁਤ ਹੀ ਠੇਸ ਪਹੁੰਚੀ ਇਸ ਸ਼ਰਮਨਾਕ ਘਟਨਾ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਹੀ ਘੱਟ ਹੈ ਪਤਾ ਲੱਗਾ ਹੈ ਕਿ ਉਸ ਦੁਸ਼ਟ ਪਾਪੀ ਨੂੰ ਗੁਰੂ ਦੀਆਂ ਸੰਗਤਾਂ ਨੇ ਉਸ ਦੇ ਕੀਤੇ ਪਾਪਾਂ ਦੀ ਸਜ਼ਾ ਦੇ ਦਿੱਤੀ ਹੈ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਬਹੁਤ ਹੀ ਸਟੱਡੀ ਟੰਗ ਨਾਲ ਜਾਂਚ ਕਰਕੇ ਇਸ ਘਟਨਾ ਦੇ ਨਾਲ ਜੁੜੇ ਹੋਰ ਸਾਜ਼ਿਸ਼ ਕਰਤਾਵਾਂ ਨੂੰ ਵੀ ਜਲਦੀ ਤੋਂ ਜਲਦੀ ਫੜਕੇ ਇਸ ਲਾਕਮ ਵਿਛੇ ਦਿੱਤਾ ਜਾਵੇ ਸਿੱਧੂ ਮੁਸੇਵਦੀ ਇਸ ਗੱਲ ਨਾਲ ਸਹਿਮਤੀ ਦਿਤਾਈ ਹੈ ਤੇ ਇਸ ਤੋਂ ਲਗਭਗ ਦੋਸਤੋ ਨਰਜੀਤ ਬਾਬਾ ਪਰਾਨੇ ਇਸ ਰਿਲੇਟਿਡ ਸਟਡੀ ਪਾਉਂਦੇ ਹੋਏ ਕਿਹਾ ਸੱਚਖੰਡ ਦਰਬਾਰ ਸਾਹਿਬ ਬੇਅਦਬੀ ਕਰਨ ਆਏ ਪਾਪੀ ਦਾ ਸਿੰਘਾ ਕੀਤਾ ਨਵੇੜਾ ਇਸੇ ਤਰ੍ਹਾਂ ਹੀ ਹਟਣਗੇ ਨਹੀਂ ਤੇ ਜਣਾਖਣਾ ਇਸ ਕੜੀਏ ਗੁਰਦੂਤਾਂ ਦੇ ਆਉਣ ਲੱਗ ਪਿਆ ਚੜਦੀ ਗੱਲਾ ਗੁਰੂ ਦੇ ਸਿੰਘਾਂ ਦੀ ਸੋ ਦੋਸਤੋ ਪੰਜਾਬੀ ਆਰਟਿਸਟਾਂ ਜੋ ਵੀ ਸਿੰਘਾਂ ਵੱਲੋਂ ਉਸ ਦੁਸ਼ਟ ਪਾਪੀ ਦਾ ਸੋਧਾ ਲਗਾਇਆ ਗਿਆ ਇਸ ਕਾਰਗੁਜ਼ਾਰੀ ਨੂੰ ਸਹੀ ਦੱਸਿਆ ਕਿਉਂਕਿ ਦੋਸਤੋ ਸੋਸ਼ਲ ਮੀਡੀਆ ਤੇ ਜਾਂ ਕੈਲੋ ਵਿਦਵਾਨਾਂ ਵੱਲੋਂ ਦੂਤੜ ਬਣਾਏ ਜਾ ਰਹੇ ਸਨ ਬਹੁਤ ਸਾਰੇ ਸ਼ਖਸ਼ ਇਹ ਵੀ ਕਹਿ ਲਾਂ ਪੁੱਛਣੀਆਂ ਚਾਹੀਦੀਆਂ ਸਨ ਪਰ ਦੂਜੇ ਪਾਸੇ ਸਿੰਘਾਂ ਨੇ ਵੀ ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੇਕਰ ਅਸੀਂ ਪੁਲਸ ਵੱਲ ਇਹ ਕਰ ਦਿੰਦੇ ਤਾਂ ਸਾਨੂੰ ਲੱਗਦਾ ਕਿ ਕਾਰਵਾਈ ਹੋਣੀ ਹੀ ਨਹੀਂ ਸੀ ਪਰ ਦੋਸਤੋਂ ਅਸੀਂ ਪਹਿਲਾਂ ਪੰਜਾਬੀ ਆਰਟਿਸਟਾਂ ਨੇ ਜੋ ਇਸ ਬਾਰੇ ਬਿਆਨ ਦਿੱਤੇ ਹਨ ਉਹਨਾਂ ਦਾ ਹੀ ਜ਼ਿਕਰ ਕਰਨਾ ਚਾਹੁੰਦੇ ਹਾਂ ਤਰਸੀਮ ਜਸਨ ਨੇ ਇਸ ਰਿਲੇਟਿਡ ਸਟੋਰੀ ਪਾਉਂਦੇ ਹੋਏ ਤੇ ਪੋਸਟ ਪਾਉਂਦੇ ਹੋਏ ਲਿਖਿਆ ਫਿਰਦਾ ਛਲਣੀ ਹੋ ਗਿਆ ਇਹ ਦੇਖ ਕੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਾਰੀ ਦੁਨੀਆ ਦੇ ਲੋਕ ਦਰਸ਼ਨਾਂ ਲਈ ਨਤਮਤਸਕ ਹੁੰਦੇ ਹਨ ਉੱਥੇ ਬੇਅਦਬੀ ਕਰਨ ਆਇਆ ਕਿਸ ਨੇ ਭੇਜਿਆ ਕਿੱਥੋਂ ਆਇਆ ਇਹ ਵੀ ਪਤਾ ਲੱਗ ਜਾਊ ਭarre ਜੀ ਮੱਸੀ ਰੰਗੜ ਦੇਖ ਫਦੇ ਕਿ ਦੋਸਤੋ ਇਸ ਤੋਂ ਇਲਾਵਾ ਗਿਲ ਰੌਂਤਾਪਰਾ ਉਸਨੇ ਵੀ ਬੜੇ ਹੀ ਅਹਿਮ ਬਿਆਨ ਦਿੱਤੇ ਹਨ ਇਹ ਦੋਸਤੋ ਉਹਨਾਂ ਵਿਦਵਾਨਾਂ ਨੂੰ ਹੀ ਇੱਕ ਤਰ੍ਹਾਂ ਨਾਲ ਕਹੇ ਲਈ ਜਵਾਬ ਨੇ ਜੋ ਇਹ ਕਹਿ ਰਹੇ ਸਨ ਕਿ ਉਸ ਤੋਂ ਪੁਛਪੜਤਾਲ ਕਰਨੀ ਚਾਹੀਦੀ ਸੀ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਜਾਂ ਹੋਰ ਕਈ ਕਾਰਵਾਈਆਂ ਕਰਨੀਆਂ ਚਾਹੀਦੀਆਂ ਸਨ ਪੁਰਾਣੇ ਲਿਖਿਆ ਗ੍ਰਿਫਤਾਰੀ ਹੋਣੀ ਸੀ ਜਾਂਚ ਕਮੇਟੀਆਂ ਬਣਦੀਆਂ ਟਹੰਦੀਆਂ ਰਹਿਣੀਆਂ ਸੀ ਫੇਸਬੁੱਕ ਤੇ ਕਲੇਸ਼ ਛਿੰਨੇ ਸੀ ਫਰਵਰੀ ਦੀ ਤਰੀਕ ਪੈਂਦੀ ਫਿਰ ਜੂਨ ਦੀ ਫਿਰ ਅਗੇ ਅਦਾਲਤ ਨੇ ਕਿਹਾ ਸੀ ਇਹ ਤਾਂ ਕਮਲਾ ਜੀ ਫਿਰ ਜਮਾਤ ਹੋ ਜਾਂਦੀ ਪੱਤਰਕਾਰ ਪੈਰ ਮਿੱਧ ਦੇ ਤੁਰੇ ਫਿਰਦੇ ਫੇਸਬੁੱਕ ਤੇ ਮਿਹਣੇ ਵੱ ਕਰ ਲਿਆ ਤੰਨੇ ਲੱਗਨੇ ਸੀ ਡਾਂਗ ਸੂਟਾ ਖੜਕਣਾ ਸੀ ਕੌਮ ਦਾ ਬਹੁਤ ਸਮਾਂ એનર્ਜੀ ਪੱਤ ਸਾਰਾ ਕੁਝ ਬਚ ਗਿਆ ਜਿਹੜੇ ਹਜੇ ਵੀ ਇਸ ਵਰਤਾਰੇ ਨੂੰ ਡਿਫੈਂਡ ਕਰਨਗੇ ਲਾਹਨਤ ਦੇ ਭਾਗੀ ਹੋਣਗੇ ਚਲੋ ਦੋਸਤੋ ਦੂਤਾਂ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੈ ਬਾਣ ਹੀ ਚੁੱਕੇ ਹਨ ਪਰ ਬਹੁਤ ਸਾਰੇ ਪੰਜਾਬੀ ਆਰਟਿਸਟੇ ਦਾ ਇਸ ਦੇ ਪੱਖ ਵਿੱਚ ਹੀ ਆਏ ਹਨ ਤੁਸੀਂ ਇਸ ਕਾਰਗਜ਼ਾਰੀ ਨੂੰ ਕਿੱਦਾਂ ਦੇਖਦੇ ਹੋ ਕਿੱਥੋਂ ਆਇਆ ਹੋਵੇਗਾ ਕਿਹਨੇ ਭੇਜਿਆ ਹੋਵੇਗਾ ਤਿੰਨ ਪੰਜਾਬੀ ਸਿੰਗਰਾਂ ਨੇ ਬਿਆਨ ਦਿੱਤੇ ਹਨ ਨਿਹੰਗਾ ਸਿੰਘਾਂ ਨੇ ਉਸੇ ਵਕਤ ਉਸ ਨੂੰ ਸੋਧਾ ਲਾ ਕੇ ਸਹੀ ਕੀਤਾ ਜਾਂ ਨਹੀਂ ਇਸ ਬਾਰੇ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੋਸਤੋ ਹੁਣ ਅਸੀਂ ਪੰਜਾਬੀ ਮਿ ਕੁਝ ਅਹਿਮ ਗੱਲਾਂ ਕਰਨ ਵਾਲੇ ਹਾਂ ਸਭ ਤੋਂ ਪਹਿਲਾਂ ਦੋਸਤੋ ਅਸੀਂ ਏਪੀ ਟਲੋਹਣਾ ਦਾ ਜ਼ਿਕਰ ਕਰਨਾ ਚਾਹਾਂਗੇ ਜਿਨ੍ਹਾਂ ਦੇ ਕੀ ਲਾਈਵ ਸ਼ੋਅ ਬੜੇ ਹੀ ਮਤਲਬ ਵਧੀਆ ਸੁਚੇਤ ਜੀ ਢੰਗ ਨਾਲ ਚੱਲ ਰਹੇ ਹਨ ਪਰ ਦੋਸਤੋ ਉੱਥੇ ਹੀ ਫਰਾਡ ਇਰਕੂਲੈਂਟ ਵੀ ਸਾਹਮਣੇ ਆਇਆ ਹੈ ਸਕੈਮਰ ਸਾਹਮਣੇ ਆਏ ਹਨ ਉਹਨਾਂ ਨੇ ਇਹ ਦੋਸਤੋ ਸਟੋਰੀ ਪਾ ਕੇ ਦੱਸਿਆ ਹੈ ਕਿ ਸਾਡੇ ਸਿਰਫ ਇੰਡੀਆ ਤੇ ਯੂਕੇ ਵਿੱਚ ਹੀ ਟੂਰ ਫਿਲਹਾਲ ਹਰੇਕ ਤੱਕ ਹੋਏ ਹਨ ਹੋਰ ਕੋਈ ਵੀ ਕੰਟਰੀ ਕੈਨੇਡਾ ਅਮਰੀਕਾ ਜੇਕਰ ਤੁਸੀਂ ਟਿਕਟਾਂ ਲੈ ਰਹੇ ਹੋ ਤਾਂ ਉਹ ਦੋਸਤੋ ਸਾਰੇ ਹੀ ਸਕੈਮਰ ਨੇ ਤੇ ਇੱਕ ਦੋਸਤੋ ਹੋਰ ਖਾਸ ਗੱਲ ਏਪੀ ਟਲੋਹਣਾ ਦਾ ਦਿੱਲੀ ਵਾਲਾ ਲ ਆਰਟਿਸਟ ਨਾਲ ਕੁਝ ਦਾਦਾ ਹੀ ਹੋਣ ਲੱਗਿਆ ਪਹਿਲਾਂ ਮਨਕੀਰ ਤੌਲਖਣਾ ਹੋਇਆ ਸੀ ਬਾਨੀ ਸੰਧੂ ਨਾਲ ਵੀ ਦੋਸਤ ਹੋ ਚੁੱਕਾ ਹੈ ਤੇ ਹੁਣ ਏਪੀ ਢੱਲੋਂ ਹੋਣਾ ਨਾ ਚਲੋ ਜੋ ਕੁਝ ਵੀ ਆ ਲਾਈਵ ਸ਼ੋਅ ਦੋਸਤੋ ਪੂਰੀ ਤੱਕ ਪਾ ਰਹੇ ਨੇ ਤੇ ਦੋਸਤੋ ਇਸ ਤੋਂ ਇਲਾਵਾ ਅਫਸਾਨਾ ਖਾਨ ਤੇ ਯੂਯੂ ਹਨੀ ਸਿੰਘ ਦੋਨੋਂ ਦੋਸਤੋ ਇਕੱਠੇ ਹੋਏ ਤੇ ਯੂਯੂ ਹਨੀ ਸਿੰਘ ਨੇ ਅਫਸਾਨਾ ਖਾਨ ਦੀ ਸਪੈਸ਼ਲ ਤੌਰ ਤੇ ਸਬੂਟ ਕੀਤੀ ਪਹਿਲਾਂ ਵੀ ਦੋਸਤੋ ਇਹ ਕਈ ਵਾਰ ਮਿਲ ਚੁੱਕੇ ਹਨ ਤੱਕਾ ਗਾਣਾ ਸੁਣਦੇ ਦਿਖਾਈ ਦਿੱਤੇ ਸਨ ਹਨੀ ਸਿੰਘ ਵੀ ਸਿੱਧੂ ਮੂਸੇਵਾਲੇ ਦੀ ਤਾਰੀਫ ਕਰ ਚੁੱਕਾ ਹੈ ਅਫਸਾਨਾ ਖਾਨ ਦਾ ਚਲੋ ਬਖੂਬੀ ਤੌਰ ਤੇ ਸਿੱਧੂ ਕਵੈਸਚਨ ਆਜੂ ਕਾਸੀ ਕਿ ਨਿੰਜਾ ਯੂਯੂ ਹਨੀ ਸਿੰਘ ਜਾਂ ਕਿਸੇ ਹੋਰ ਪੰਜਾਬੀ ਜਾਂ ਬਾਲੀਵੁੱਡ ਦੇ ਸੈਲੀਬ੍ਰਿਟੀ ਨਾਲ ਤੁਹਾਡੀ ਕਲੈਬੋਰੇਸ਼ਨ ਕਦੋਂ ਆਵੇਗੀ ਤਾਂ ਬਰਹਾਨੇ ਦੋਸਤੋ ਕਿਹਾ ਜਦੋਂ ਟਾਈਮ ਹੋਇਆ ਸਭ ਨਾਲ ਕਲੈਬੋਰੇਸ਼ਨਾਂ ਆਹੀ ਜਾਣੀਆਂ ਨੇ ਕਿ ਦੋਸਤੋ ਤੁਸੀਂ ਵੀ ਚਾਹੁੰਦੇ ਹੋ ਸਿੱਧੂ ਮੂਸੇਵਾਲਾ ਤੇ ਯੂਯੂ ਹਨੀ ਸਿੰਘ ਦੀ ਕਲੈਬੋਰੇਸ਼ਨ ਆਵੇ ਹਾਲਾਂਕਿ ਦੋਸਤੋ ਯੂਯੂ ਹਨੀ ਸਿੰਘ ਦੇ ਜੋ ਲੇਟੈਸਟ ਗਾਣੇ ਹਨ ਥੋੜੀ ਜਿਹੀ ਹਟ ਟਰੈਕ ਤੋਂ ਉਤਰਦੇ ਦਿਖਾਈ ਦੇ ਰਹੇ ਹਨ ਉਸ ਦੇ ਵੀ ਫੈਨ ਇਹੀ ਚਾਹੁੰਦੇ ਹਨ ਕਿ 2012 13 ਵਾਲਾ ਹਨੀ ਸਿੰਘ ਵਾਪਸ ਆਵੇ ਹੁਣ ਵਾਲੇ ਗਾਣਿਆਂ ਵਿੱਚ ਉਹ ਗੱਲਬਾਤ ਨਹੀਂ ਰਹੀ ਇਹ ਦੋ ਨੂੰ ਲਾਗੂ ਕੁਝ ਕ ਅਹਿਮ ਗੱਲਾਂ ਕਰਨ ਵਾਲੇ ਹਾਂ ਰਣਵੀਰ ਸਿੰਘ ਦੀ 83 ਫਿਲਮ ਦੋਸਤੋ ਆਉਣ ਵਾਲੀ ਹੈ ਤੇ ਇਸ ਵਿੱਚ ਕੀ ਪੰਜਾਬੀ ਆਰਟਿਸਟ ਐਮ ਵੀਰਕਾ ਹਾਰਦੀ ਸੰਧੂ ਤੇ ਵਾਮਕਾ ਗੱਭੀ ਵੀ ਦੋਸਤੋ ਨਜ਼ਰ ਆਉਣ ਵਾਲੇ ਨੇ ਹਾਲਾਂਕਿ ਦੋਸਤੋ ਪਹਿਲਾਂ ਇਸ ਫਿਲਮ ਦਾ ਕਾਫੀ ਵਿਰੋਧ ਵੀ ਹੋਇਆ ਸੀ ਐਫ ਆਰ ਵੀ ਦਰਜ ਹੋਈ ਹੋਈ ਹੈ ਦੀਪਿਕਾ ਪਾਦੁਕੋਨ ਤੇ ਇਸ ਫਿਲਮ ਦੇ ਨਿਰਦੇਸ਼ਕ ਤੇ ਆਪਣੇ ਨਗਲਾਂ ਤੋਂ ਲੱਭ ਦੋਸਤੋ ਐਮ ਵੀਰਕ ਨੇ ਇੱਕ ਰਿਕਾਰਡ ਵੀ ਕੈਮ ਕੀਤਾ ਹੈ ਜੇ ਕਹਿ ਲਉ ਪਹਿਲਾ ਪੰਜਾਬੀ ਆਰਟਿਸਟ ਹੈ ਜਿਸ ਨੂੰ ਕਿ ਬਰਜ ਖਲੀਫਾ ਦੇ ਦੀ ਪ੍ਰੈਜ਼ੈਂਟ ਕੀਤਾ ਗਿਆ ਹੈ ਉਹ ਵੀ ਦੋਸਤੋ 83 ਫਿਲਮ ਦੇ ਚਲਦਿਆਂ ਸੋ ਦੋਸਤੋ ਮਾਣ ਮਹਿਸ ਸਪੋਰਟ ਨਹੀਂ ਕਰਦੇ ਇੰਨਾਂ ਗੱਲਾਂ ਕਰਕੇ ਉਹਨਾਂ ਦੀ ਵਿਰੋਧਤਾ ਦੋਸਤੋ ਅਕਸਰ ਹੁੰਦੀ ਹੀ ਰਹਿੰਦੀ ਹੈ ਇਹ ਵੀ ਦਿਲੁੰਦੇ ਦੋਸਤੋ ਲਾਈਵ ਸ਼ੋਅ ਵਿੱਚ ਹੋਏ ਜਦੋਂ ਇੰਸਟਾਗ੍ਰam ਦੇ ਬੀਟ ਵਾਲਿਆਂ ਨੇ ਇਸ ਦੀ ਚਰਚਾ ਕੀਤੀ ਤਾਂ ਇੱਥਾਂ ਸੀ ਇਹ ਵੀ ਕਮੈਂਟ ਦੇਖ ਰਹੇ ਸੀ ਕਿ ਪੰਜਾਬੀ 뮤직 ਇਹਨਾਂ ਨੂੰ ਪਸੰਦ ਹੈ ਪੰਜਾਬੀ ਆਰਟਿਸਟ ਵੀ ਆਪਣੀਆਂ ਫਿਲਮਾਂ ਵਿੱਚ ਜੋ ਲੈ ਲੈਂਦੇ ਹਨ ਪੰਜਾਬੀ ਗਾਣੇ ਵੀ ਆਪਣੀਆਂ ਫਿਲਮਾਂ ਵਿੱਚ ਲੈ ਲੈਂਦੇ ਹਨ ਪਰ ਜਦੋਂ ਗੱਲ ਆਉਂਦੀ ਹੈ ਸਪੋਰਟ ਦੀ ਤਾਂ ਇਹ ਕਿਉਂ ਨਹੀਂ ਕਰਦੇ ਕਿਸਾਨ ਮਜ਼ਦੂਰ ਇਕਤਾ ਦਾ ਨਾਅਰਾ ਇਹਨਾਂ ਨੇ ਕਿਉਂ ਨਹੀਂ ਲਗਾਇਆ ਚਲੋ ਇੱਕ ਗੱਲ ਤਾਂ ਦੋਸਤੋ ਇਹ ਵੀ ਸੀ ਵਿਰਾਟ ਕੋਹਲੀ ਵਾਂਗੂ ਅਕਸ਼ੇ ਕੁਮਾਰ ਵਾਂਗੂ ਉਹਨਾਂ ਨੇ ਮੂੰਹ ਰਹਣ ਵਾਲੀ ਹੈ ਐਮੇ ਵਰਕ ਲਈ ਬਹੁਤ ਵੱਡੀ ਫਿਲਮ ਹੈ ਬਾਲੀਵੁੱਡ ਦਾ ਬਹੁਤ ਵੱਡਾ ਪ੍ਰੋਜੈਕਟ ਹੈ ਹਾਰਦੀ ਸੰਧੂ ਵੀ ਦੋਸਤੋ ਨਜ਼ਰ ਆਉਣ ਵਾਲਾ ਹੈ ਤੇ ਵਾਮਿਕਾ ਗਬੀ ਵੀ ਤੇ ਦੋ ਇਹਨਾਂ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੈ ਬਰਜ ਖਲੀਫਾ ਤੇ ਇਹ ਦੋਸਤੋ ਆਪਣੇ ਆਪ ਵਿੱਚ ਇੱਕ ਮਾਣ ਮਹਿਸੂਸ ਵੀ ਹੁੰਦਾ ਹੈ ਤੇ ਇੱਕ ਬਹੁਤ ਵੱਡਾ ਰਿਕਾਰਡ ਵੀ ਹੈ ਐਮੇ ਵਰਕ ਦੇ ਲਈ ਤੇ ਦੋਸਤੋ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲਾ ਤੇ ਸਨੀ ਮਲਟਨ ਦੇ ਜੋ ਨਵੇਂ ਪ੍ਰੋਜੈਕਟ ਦਾ ਐਲਾਨ ਹੋਇਆ ਹੈ ਯੰਗੇਸਟ ਇਨ ਚਾਰਜ ਬਹੁਤ ਸਾਰੇ ਲੋਕ ਇਸ ਨੂੰ EP ਮੰਨ ਰਹੇ ਹਨ ਬਹੁਤ ਸਾਰੇ ਲੋਕ ਇਸ ਨੂੰ ਸਿੰਗਲ ਟਰੈਕ ਵੀ ਕਹਿ ਰਹੇ ਹਨ ਤੇ ਦੋਸਤੋ ਜਿਵੇਂ ਕਿ ਪਿਛਲੀ ਵੀਡੀਓ ਐਲਬਮ ਆਲ ਰੈਡੀ ਆ ਚੁੱਕੀ ਹੈ ਸੋ ਦੋਸਤੋ ਇਹ ਡਿਫਰੈਂਟ ਕਨਸੈਪਟ ਹੈ ਮਨੀ میوزਿਕ ਦਾ ਸ਼ਾਇਦ میوزਿਕ ਨਾ ਹੋ ਸਕੇ ਮਾਫੀ ਚਾਹੁੰਦੇ ਹਾਂ ਅਸੀਂ ਪਿਛਲੀ ਵੀਡੀਓ ਚ ਇਹ ਦੋਸਤੋ ਕੁਝ ਕੁ ਗੱਲਾਂ ਐਡਿਟ ਕੀਤੀਆਂ ਇਸ ਤੋਂ ਲੱਗੋ ਦੋਸਤੋ ਅਸਾਨਾ ਖਾਨ ਨੇ ਵੀ ਇਸ ਟਰੈਕ ਨੂੰ ਆਪਣੇ ਅਕਾਊਂਟ ਤੇ ਸ਼ੇਅਰ ਕੀਤਾ ਜੇਕਰ ਦੋਸਤੋ ਈਪੀ ਐਲਬਮ ਹੋਈ ਤਾਂ ਅਬ ਅਸਾਨਾ ਖਾਨ ਦਾ ਵੀ ਇਸ ਵਿੱਚ ਰੋਲ ਹੋ ਸਕਦਾ ਹੈ ਜੇਕਰ ਉਹ ਦੋਸਤੋ ਸਿੰਗਲ ਟਰੈਕ ਹੋਇਆ ਤਾਂ ਸਿਰਫ ਸਿੱਧੂ ਮੂਸੇ ਵਾਲਾ ਤੇ ਸਨੀ ਮਲਟਨ ਹੀ ਦਿਖਾਈ ਦੇਣਗੇ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਸਿੱਧੂ ਮੂਸੇ ਵਾਲਾ ਤੇ ਸਨੀ ਮਲਟਨ ਦਾ ਸਿੰਗਲ ਟਰੈਕ ਹੋਵੇਗਾ ਵੀ ਐਲਬਮ ਦਾ ਜੋ ਟ੍ਰੇਲਰ ਟੀਜ਼ਰ ਜੋ ਵੀ ਤੁਸੀਂ ਕਹਿਣਾ ਚਾਹੋ ਉਹ ਰਿਲੀਜ਼ ਕੀਤਾ ਹੈ ਨਰਿੰਦਰ ਬਾਠ ਨੇ ਸ਼ਾਇਦ ਦੋਸਤੋਂ ਜ਼ਿਆਦਾਤਰ ਗਾਣੇ ਲਿਖੇ ਹਨ ਕੁਲਵੀਰ ਚੰਗਨ ਨਾਲ ਕਲੈਬੋਰੇਸ਼ਨ ਰਹਿਣ ਵਾਲੀ ਹੈ ਦਿਲਪ ਢਿੱਲੋਂ ਦੀ ਕਰਨ ਔਦਲੇ ਨਾਲ ਵੀ ਬੱਸ ਦੋਸਤੋਂ ਹੋ ਸਕਦੀ ਹੈ ਪਹਿਲਾਂ ਵੀ ਇੱਕ ਦੋ ਗਾਣੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਤੇ ਦੋਸਤੋਂ ਖੀਰ ਤੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਦਿਲਜੀਤ ਦਸਾਂਜ ਦਾ ਨਿਮਰਤ ਖਹਿਰ ਨਾਲ ਗਾਣਾ ਆਇਆ ਵਟਵੇ ਡਿਫਰੈਂਟ ਦੋਸਤੋਂ ਕਨਸੈਪਟ ਸੀ ਚਲੋ ਕੁਝ ਕੁ ਪਤੀਜਨਕ ਕਮੈਂਟਾਂ ਤੋਂ ਇਲਾਵਾ ਦੋਸਤੋਂ ਕੈਨੇਡਾ ਦੀ ਟ੍ਰੇਨਿੰਗ ਲਿਸਟ ਵਿੱਚ ਆਸਟ੍ਰੇਲੀਆ ਦੀ ਟ੍ਰੇ ਹੋਰ ਖਾਸ ਜਾਣਕਾਰੀ ਇਹ ਵੀ ਤੁਹਾਨੂੰ ਦੱਸਣ ਵਾਲੀ ਰਹੇਗੀ ਅਸੀਂ ਵਾਰ-ਵਾਰ ਕਾਫੀ ਵੀਡੀਓਜ਼ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਕਿ ਮੂਨ ਚਾਈਲਡ ਐਲਬਮ ਐਰਾਦਾ ਡੂਲੈਕਸ ਵਰਸ ਆਉਣ ਵਾਲਾ ਸੀ ਸੋ ਦੋਸਤੋ ਉਹ ਡ੍ਰੌਪ ਕਰ ਦਿੱਤਾ ਉਹ ਨਹੀਂ ਆਉਣ ਵਾਲਾ ਡੂਲੈਕਸ ਵਰਸ ਮੂਨ ਚਾਈਲਡ ਐਰਾ ਐਲਬਮ ਦਾ ਦਿਲਜੀਤ ਪ੍ਰਾਨ ਨੇ ਦੋਸਤੋ ਇੰਸਟਾਗ੍ਰਾਮ 'ਤੇ ਕਿਆ ਹੋਇਆ ਨੇ ਵਿਦਿ ਇਸ ਦੀ ਜਾਣਕਾਰੀ ਦਿੱਤੀ ਫੈਨ ਥੋੜੇ ਜਿਹੇ ਦੋਸਤੋ ਨਾਖੁਸ਼ ਵੀ ਦਿਖਾਈ ਦਿੱਤੇ ਚਲੋ ਕੋਈ ਗੱਲ ਨਹੀਂ ਪਰਾ ਗੰਦਾ ਮੇਰੇ ਕੋਲ ਇੱਕ ਹੋਰ ਸਰਪ੍ਰਾਈਜ਼ ਹੈ ਆਪਣੇ ਫੈਨਾਂ ਲਈ ਪਰ ਦੋਸਤੋ ਫੈਨਾਂ ਨੂੰ ਉਡੀਕ ਹੈ ਦਿਲਜੀਤ ਦੁਤਸਾਹ ਤੇ ਨਿਮਰਤ ਖੈਰ ਦੀ ਜੂੜੀ ਫਿਲਮ ਦੀ ਦੇਖ ਬਲੌਗ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਦੋਸਤ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ